ਸੋਹਣੀਆਂ ਹੁੰਦੀਆਂ ਨੇ ਤਾਂ ਉਹ ਆਪਣੇ ਆਪ ਨੂੰ ਸੰਭਾਲਣ ਲਈ ਮਜਬੂਰ ਕਰ ਦਿੰਦੀਆਂ ਨੇ ਅਤੇ ਮੈਂ ਉਹ ਕਿਤਾਬਾਂ ਸੰਭਾਲ ਕੇ ਰੱਖੀਆਂ। ਜਦੋਂ ਹਰ ਸਾਲ ਸਾਰੇ ਬੱਚੇ ਜਮਾਤਾਂ ਅਗਲੀਆਂ ਚੜ੍ਹਦੇ ਤਾਂ ਉਦੋਂ ਫਿਰ ਕਿਤਾਬਾਂ ਪ੍ਰਸ਼ਸਤੀ 'ਤੇ ਚੜ੍ਹਾਈਆਂ ਜਾਂਦੀਆਂ ਅਤੇ ਰੱਦੀ 'ਚ ਵੇਚੀਆਂ ਜਾਂਦੀਆਂ, ਉਹ ਮੈਂ ਕਿਤਾਬਾਂ ਪਾਸੇ ਰੱਖ ਲੈਂਦਾ ਅਤੇ ਉਹਨਾਂ ਨੂੰ ਮੈਂ ਕਈ ਸਾਲ ਬਚਾ ਕੇ ਰੱਖੀ ਗਿਆ। ਬਚਾਉਂਦੇ ਬਚਾਉਂਦੇ ਇੱਕ ਦਿਨ ਉਹ ਆ ਗਿਆ ਜਦੋਂ ਮੈਂ ਪੰਜਾਬੀ ਦੀਆਂ ਪਹਿਲੀਆਂ ਕਿਤਾਬਾਂ 'ਚੋਂ, ਇਹ ਵੀ ਸੰਭਵ ਹੈ ਪਹਿਲਾ ਨਾਵਲ ਹੀ ਹੋਵੇ ਉਹ ਜਿਹੜਾ ਮੈਂ ਪੂਰਾ ਪੜ੍ਹਿਆ, ਮੈਂ ਕਮਲ ਸਾਹਿਬ ਦਾ ਨਾਵਲ ਪੜ੍ਹਿਆ ਲਹੂ ਦੀ ਲੋ। ਅਤੇ ਪੜ੍ਹਦੇ ਸਾਰ ਹੀ ਮੈਂ ਕਿਤਾਬਾਂ ਦੀ ਸਾਡੀ ਜਿਹੜੀ ਮਾਰਕੀਟ ਸੀ ਖੰਨੇ ਉੱਥੇ ਚਲਾ ਗਿਆ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹੋ ਜਿਹੀਆਂ ਹੋਰ ਕਿਤਾਬਾਂ ਹੈਗੀਆਂ ਨੇ, ਅਤੇ ਮੈਨੂੰ ਯਾਦ ਹੈ ਵੀ ਉਹਨਾਂ ਨੇ ਮੈਨੂੰ ਹੋਰ ਚੀਜ਼ਾਂ ਦੇ ਨਾਲ ਲਾਲ ਕਿਤਾਬਾਂ ਜਿਹੜੀਆਂ ਛਪਦੀਆਂ ਸੀਗੀਆਂ ਪ੍ਰੋਗਰੈਸ ਪਬਲਿਸ਼ਰ ਵਾਲੀਆਂ, ਅਤੇ ਉਸ ਕਿਸਮ ਦੀਆਂ ਲਾਲ ਕਿਤਾਬਾਂ ਬਹੁਤ ਸਸਤੀਆਂ ਮੈਨੂੰ ਉਹਨੇ ਦੇ ਉਹਨਾਂ ਨੇ ਦੇਤੀਆਂ। ਕੁਝ ਨਾਵਲ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ, ਉਹ ਮੇਰੇ ਕੋਲ ਪਹਿਲਾਂ ਹੀ ਪਏ ਸੀ। ਮੈਂ ਕਹਿੰਦਾ ਪਏ ਨੇ ਮੇਰੇ ਕੋਲ ਸਾਰੇ, ਮਾਂ ਪਿਆ, ਕਬੂ ਨਾ ਛਾਂਡੇ ਖੇਤ ਪਿਆ, ਅਸਲੀ ਇਨਸਾਨ ਦੀ ਕਹਾਣੀ ਪਿਆ, ਇਹ ਤਾਂ ਪਏ ਨੇ ਮੇਰੇ ਕੋਲ। ਉਸ ਤੋਂ ਬਿਨਾਂ ਕਮਿਊਨਿਸਟ ਮੈਨੀਫੈਸਟੋ 'ਤੇ ਉਹ ਸਾਰੀਆਂ ਕਿਤਾਬਾਂ ਉਹਨੇ ਦੇਤੀਆਂ, ਅਤੇ ਇੱਕ ਮੈਨੂੰ ਯਾਦ ਹੈ ਸ਼ਾਇਦ ਉਹਦਾ ਮੈਗਜ਼ੀਨ ਦਾ ਅਖਬਾਰ ਪੜ੍ਹਦੇ ਕੱਢਦੇ ਜਸਪਾਲ ਜੱਸੀ, ਉਹਨੇ ਕਮਿਊਨਿਸਟ ਉਹਦਾ ਸ਼ਾਇਦ ਨਾਂ ਸੀਗਾ, ਅਤੇ ਉਹ ਅਖਬਾਰ ਵੀ ਕਮਿਊਨਿਸਟ ਸੀ ਮੇਰੇ ਖਿਆਲ 'ਚ ਨਾਂ ਉਹਦਾ, ਜਿੱਥੇ ਤੱਕ ਮੈਨੂੰ ਯਾਦ ਹੈ ਉਹ ਵੀ ਨਾਲ ਦੇਤਾ ਉਹਨਾਂ ਨੇ। ਅਤੇ ਉਸ ਤੋਂ ਬਾਅਦ ਮੈਂ ਉਹ ਪੜ੍ਹੀਆਂ, ਪੜ੍ਹਨ ਤੋਂ ਬਾਅਦ ਜਿਵੇਂ ਮੈਂ ਪੂਰੀ ਜ਼ਿੰਮੇਵਾਰੀ ਮੈਂ ਕਹਿਣਾ ਕਿ ਮੈਨੂੰ ਉਸ ਤੋਂ ਬਾਅਦ ਉਹਨਾਂ ਨੇ ਘਰ ਦਾ ਨਹੀਂ ਰਹਿਣ ਦਿੱਤਾ, ਘਰ ਦਾ ਛੱਡਿਆ ਨਹੀਂ ਮੈਨੂੰ ਉਹਨਾਂ ਨੇ, ਅਤੇ ਮੇਰੀ ਦਿਲਚਸਪੀ ਹੋਣੀ ਸ਼ੁਰੂ ਹੋ ਗਈ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ। ਐਵੇਂ ਲੱਗਿਆ ਕਿ ਸਮਾਜ ਨੂੰ ਬਦਲਣਾ ਚਾਹੀਦਾ, ਇਹਦੇ ਵਾਸਤੇ ਕੁਛ ਕਰਨਾ ਚਾਹੀਦਾ, ਸਿਰਫ ਸੋਚਣਾ ਨਹੀਂ ਚਾਹੀਦਾ, ਕੁਛ ਕਰਨਾ ਚਾਹੀਦਾ। ਅਤੇ ਮੈਂ ਐਵੇਂ ਉੱਟ ਲਿਆ ਫਿਰਦਾ, ਅਤੇ ਕਿਤੇ ਕਿਤੇ ਕੋਈ ਜਥੇਬੰਦੀ ਦੇ ਬੰਦਿਆਂ ਨਾਲ ਕੋਈ ਸੰਵਾਦ ਹੋਣ ਲੱਗ ਪਿਆ, ਅਤੇ ਮੈਂ ਇੱਕ ਪੂਰਾ ਬਣਿਆ ਤਣਿਆ ਉਹਨਾਂ ਵਾਸਤੇ ਇੱਕ ਬੰਦਾ ਤੁਰਿਆ ਫਿਰਦਾ ਸੀ, ਲੱਭਦਾ ਫਿਰਦਾ ਸੀ ਕਿ ਮੈਨੂੰ ਕੋਈ ਪੁੱਛ ਲਓ, ਅਤੇ ਇੱਕ ਜਥੇਬੰਦੀ ਨੇ ਮੈਨੂੰ ਫਿਰ ਪੁੱਛ ਲਿਆ, ਅਤੇ ਉਹ ਵੀ ਸੰਵਾਦ ਚੱਲ ਰਿਹਾ ਸੀ ਕੋਈ, ਮੈਨੂੰ ਯਾਦ ਆ ਹੜਤਾਲ ਹੋ ਕੇ ਹਟੀ ਸੀ, ਅਤੇ ਮੈਂ ਉਹਦੇ ਵਿੱਚੋਂ ਕੁਝ ਗੱਲਾਂ ਕਮਲ ਸਾਹਿਬ ਦੇ ਨਾਵਲਾਂ ਦੇ ਵਿੱਚੋਂ ਅਤੇ ਕੁਝ ਗੱਲਾਂ ਆਪਣੀ ਜਿਹੜੀ ਉਹ ਕਿਤਾਬਾਂ ਨਵੀਆਂ ਨਵੀਆਂ ਪੜ੍ਹੀਆਂ ਸੀ ਉਹਨਾਂ ਦੇ ਵਿੱਚੋਂ ਕੁਛ ਆਰਗੂਮੈਂਟ ਕੀਤੇ। ਇੱਕ ਜਥੇ ਬੰਦੇ ਨੂੰ ਲੱਗਿਆ ਕਿ ਆਹ ਸਾਡੇ ਕੰਮ ਦਾ ਬੰਦਾ, ਅਤੇ ਉਦੋਂ ਬਾਅਦ ਉਹ ਮੇਰੇ ਕੋਲ ਪਹੁੰਚ ਗਏ ਅਤੇ ਮੈਨੂੰ ਉਹਨਾਂ ਨੇ ਐਨਰੋਲ ਕਰ ਲਿਆ ਆਪਣੀ ਜਥੇਬੰਦੀ ਦੇ ਵਿੱਚ। ਇਹ ਫਿਰ ਯਾਤਰਾ ਜਦੋਂ ਅੱਗੇ ਚੱਲੀ, ਜਿਵੇਂ ਕਿਸ ਨੇ ਕਿਹਾ ਸੀਗਾ, ਬਲਵਿੰਦਰ ਨੇ ਕਿਹਾ ਸੀਗਾ ਕਿ ਕਿਹਨੂੰ ਕਢਵਾ ਤਾ ਸਕੂਲ ਦੇ ਵਿੱਚੋਂ, ਕਿ ਰੂਪ ਨਾਮ ਰੱਖਿਆ ਹੋਇਆ ਸੀਗਾ। ਅਤੇ ਮੈਨੂੰ ਕਮਲ ਸਾਹਿਬ ਅਤੇ ਗੁਰਦਿਆਲ ਸਿੰਘ ਨੇ ਇੱਕ ਵਾਰ ਨਹੀਂ ਦੋ ਤਿੰਨ ਵਾਰ ਕਾਲਜਾਂ 'ਚ ਕਢਵਾਇਆ। ਪਹਿਲੀ ਉਹ ਨੌਕਰੀ ਮੈਂ ਦਰਾਹੇ ਸ਼ੁਰੂ ਕੀਤੀ, ਅਤੇ ਕਿਉਂਕਿ ਜਿਹੜਾ ਕਮਲ ਹੋਰਾਂ ਦਾ ਆਪਣਾ ਰੋਮਾਂਸ ਅਤੇ ਜ਼ਿੰਦਗੀ ਨੂੰ ਬਦਲਣ ਦੀ ਜਿਹੜੀ ਇੱਕ ਸ਼ਿੱਦਤ ਹੈ, ਉਹ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਆਪਣੀ ਬਹੁਤ ਹੀ ਗਹਿਰੀ ਉਦਾਸੀ ਅਤੇ ਉਸ ਦੇ ਵਿੱਚੋਂ ਰਿਸ਼ਤਿਆਂ ਦੀ ਬਹੁਤ ਜ਼ਿਆਦਾ ਬੇਕਿਰਕ ਕਿਸਮ ਦੀ ਜਿਹੜੀ ਸਮਝ ਪੈਦਾ ਹੁੰਦੀ ਹੈ, ਉਹਨੇ ਜੋੜ ਮੇਲ ਕੇ ਚੀਜ਼ਾਂ ਨੂੰ ਇਹੋ ਜਿਹਾ ਕੁਛ ਕਰਤਾ ਕਿ ਤੁਸੀਂ ਇਹ ਉਹਦੇ ਵਿੱਚੋਂ ਇੱਕ ਬੰਦਾ ਬਣਾ ਦੇਣਾ ਜਿਹੜਾ ਕਿ ਕੰਪਰੋਮਾਈਜ਼ ਫਿਰ ਨਹੀਂ ਕਰਦਾ। ਜਿਵੇਂ ਸਤੌਜ ਨੇ ਕਿਹਾ ਸੀ ਕਿ ਮੈਂ ਪਾਠ ਕੀਤਾ, ਮੈਂ ਜਦੋਂ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹੇ 'ਚੋਂ ਮੈਨੂੰ ਹੁਣੇ ਕੱਢਣਗੇ, ਅਤੇ ਮੈਂ ਫਿਰ ਦੋ ਨਾਵਲਾਂ ਦਾ ਦੁਬਾਰਾ ਤੋਂ ਪਾਠ ਕੀਤਾ, ਲਹੂ ਦੀ ਲੋਅ ਦਾ ਅਤੇ ਅਣਹੋਏ ਦਾ। ਅਤੇ ਅਗਲੇ ਦਿਨ ਆਪਾਂ ਆਪਣੀ ਕੁਰਬਾਨੀ ਦੇਣ ਵਾਸਤੇ ਉੱਥੇ ਪਹੁੰਚ ਗਏ, ਉਹਨਾਂ ਨੇ ਝਟਕਾ ਕੇ ਜਿਹੜਾ ਆਪਣਾ ਕਰਨਾ ਸੀ ਕੰਮ ਕੀਤਾ। ਅਤੇ ਉਸ ਤੋਂ ਬਾਅਦ ਮੈਂ ਜਦੋਂ ਜੋ ਵੀ ਮੇਰੇ ਨਾਲ ਹੋਇਆ ਮੈਂ ਪਿੱਛੇ ਨਹੀਂ ਵੈਸੇ ਕਦੇ ਮੁੜਿਆ, ਜਿਹੜੀ ਇਹਨੂੰ ਕਹਿੰਦੇ ਹੁੰਦੇ ਨੇ ਕਿ ਜ਼ਿੰਦਗੀ 'ਚ ਕੁਛ ਬਣਨਾ ਹੁੰਦਾ ਆਪਾਂ ਨੇ, ਇਸ ਮੈਂ ਆਪਣੇ ਦੋਸਤਾਂ ਨੂੰ ਜਾਂ ਜਿਹੜੇ ਮੇਰੇ ਨਾਲ ਇਸ ਗੱਲ ਦੇ ਉੱਪਰ, ਇੱਕ ਵਾਰ ਸ਼ਿਵ ਕੁਮਾਰ ਬਟਾਲਵੀ ਦਾ ਬੇਟਾ ਉਹ ਮੇਰੇ ਨਾਲ ਕਰਨ ਲੱਗ ਗਿਆ ਕੀ, ਕਹਿੰਦਾ ਤੁਸੀਂ ਇਹ ਕਾਮਰੇਡੀ ਜੀ ਘੁੱਟ ਜਾਂਦੇ ਹੋ ਹਰ ਗੱਲ ਦੇ ਉੱਪਰ, ਕੀ ਹੋ ਗਿਆ, ਕੀ ਹਾਸਲ ਹੋ ਗਿਆ ਤੁਹਾਨੂੰ। ਅਤੇ ਉਹ ਉਦੋਂ ਐਮਫਿਲ ਉਹਨੇ ਤਾਜ ਤਾਜ ਕੀਤੀ ਸੀ, ਨੌਕਰੀ ਦੀ ਭਾਲ ਕਰਦਾ ਫਿਰਦਾ ਸੀ, ਅਤੇ ਟੈਸਟ ਉਹਦਾ ਪਾਸ ਨਹੀਂ ਸੀ ਹੋ ਰਿਹਾ UGC ਵਾਲਾ। ਮੈਂ ਕਿਹਾ ਤੂੰ ਤਾਂ ਨਹੀਂ ਕੁਛ ਕੀਤਾ, ਤੂੰ ਕਿੱਡਾ ਕੁ SDM ਲੱਗਿਆ ਹੋਇਆ, ਮੈਂ ਤਾਂ ਫਿਰ ਵੀ ਕਿੱਦਾਂ ਕਿਤੇ ਕੁਛ ਹੈਗਾ, ਕੁਛ ਨਾ ਕੁਛ ਅਸੀਂ ਕਰੀ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ ਵੀ, ਅੱਗੇ ਤੁਰਦੇ ਪਏ ਹਾਂ। ਜਿਵੇਂ ਕਮਲ ਸਾਹਿਬ ਕਹਿੰਦੇ ਸੀਗੇ ਕਿ ਹਾਸਲ ਕਰੋ ਕਿ ਚੀਜ਼ਾਂ ਨੂੰ, ਤੁਸੀਂ ਜ਼ਿੰਦਗੀ ਨੂੰ ਜਿਉਂ ਅਤੇ ਜੋ ਇਹਦੇ 'ਚੋਂ ਹਾਸਲ ਕਰ ਸਕਦੇ ਹੋ। ਅਖੀਰ ਦੇ ਵਿੱਚ ਮੇਰੇ ਕੋਲ ਇੱਕ ਜਿਹੜੀ ਵੀਡੀਓ ਵੀ ਹੈਗੀ ਛੋਟੀ ਜਿਹੀ 2 ਮਿੰਟ ਦੀ, ਉਹਦੇ ਵਿੱਚ ਵੀ ਇਹ ਕਹਿੰਦੇ ਨੇ ਕਿ ਇਹਨੂੰ ਇਹਦੇ ਵਿੱਚੋਂ ਜ਼ਿੰਦਗੀ 'ਚੋਂ ਹਾਸਲ ਕਰੋ ਜੋ ਕਰ ਸਕਦੇ ਹੋ। ਉਹ ਹਾਸਲ ਵੀ ਹੁੰਦਾ ਰਿਹਾ, ਅਤੇ ਜਦੋਂ ਮੈਂ ਇਸ ਪੜਾਅ 'ਤੇ ਪਹੁੰਚਿਆ ਕਿ ਮੈਂ ਖੋਜ ਕਰਵਾਉਣੀ ਆ, ਮੈਂ ਸਭ ਤੋਂ ਪਹਿਲੀ ਜਿਹੜੀ PhD ਆ ਉਹ ਕਮਲ ਸਾਹਿਬ 'ਤੇ ਕਰਵਾਈ।
ਉਹਦਾ ਕਾਰਨ ਇਹ ਬਣਿਆ ਕਿ ਕਮਲ ਨੂੰ ਪੜ੍ਹਦਿਆਂ ਹੋਇਆਂ ਜਦੋਂ ਪੰਜਾਬ ਸੰਕਟ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਰਿਸ਼ਤਾ ਹੈਗਾ ਉਹ ਤਬਦੀਲ ਹੋਣਾ ਸ਼ੁਰੂ ਹੋ ਗਿਆ। ਲੱਗਦਾ ਸੀਗਾ ਕਿ ਮੈਨੂੰ ਲੱਗਦਾ ਕਿ ਇਸ ਕਰਕੇ ਵੀ ਹੋਇਆ ਕਿ ਜਿਹੜੀ ਸਮਝ ਉਹਨਾਂ ਨੇ ਦਿੱਤੀ ਸੀ ਉਹੀ ਸਮਝ ਉਹਨਾਂ ਦੀਆਂ ਅਗਲੀਆਂ ਲਿਖਤਾਂ ਦੇ ਨਾਲ ਟਕਰਾਉਣ ਲੱਗ ਪਈ ਕਿ ਉਸੇ ਉਹਦੇ ਵਿੱਚੋਂ ਅਸੀਂ ਉਹਨਾਂ ਨੂੰ ਪ੍ਰਵਾਨ ਉਹਨਾਂ ਨੂੰ ਕ੍ਰਿਟੀਕਲੀ ਲੈਣਾ ਸ਼ੁਰੂ ਕੀਤਾ ਕਿ ਉਹਨਾਂ ਨੇ ਜੇ ਮੋੜ ਕੱਟ ਲਿਆ ਇਹ ਉਹਨਾਂ ਦਾ ਮੋੜ ਸੀ। ਅਤੇ ਮੈਨੂੰ ਪੜ੍ਹਦਿਆਂ ਪੜ੍ਹਦਿਆਂ ਜੋ ਮੈਂ ਕਮਲ ਉਹਨਾਂ ਦਾ ਸਾਰਾ ਕੁਛ ਪੜ੍ਹਿਆ ਸੀ ਅਤੇ ਮੈਨੂੰ ਲੱਗਿਆ ਕਿ ਜਿਹੜੀ ਇਹ ਗੱਲ ਚੱਲਦੀ ਹੈ ਉਹਨਾਂ ਬਾਰੇ ਕਿ ਕਮਲ ਸਾਹਿਬ ਹਰ ਵਾਰ ਨਵਾਂ ਪੈਂਤੜਾ ਲੈ ਲੈਂਦੇ ਨੇ ਅਤੇ ਇਹਨਾਂ ਦਾ ਕੋਈ ਪੁਜੀਸ਼ਨ ਕੋਈ ਸਟੈਂਡ ਨਹੀਂ ਹੈਗਾ। ਮੈਨੂੰ ਲੱਗਾ ਇਹ ਗੱਲ ਗਲਤ ਹੈ ਵੀ ਇਸ ਗੱਲ ਦੇ ਪਿਛੋਕੜ ਦੇ ਵਿੱਚ ਇੱਕ ਸਾਰਤਾ ਮੈਨੂੰ ਨਜ਼ਰ ਆਉਣੀ ਸ਼ੁਰੂ ਹੋਈ ਕਿ ਕੋਈ ਇੱਕ ਸਾਂਝੀ ਚੀਜ਼ ਤਾਂ ਹੈਗੀ ਹੈ ਇਹ ਸਾਰੇ ਕੁਛ ਦੇ ਵਿੱਚ ਜੋ ਕੁਛ ਕਮਲ ਹੋਣੀ ਕਰਦੇ ਨੇ ਜਦੋਂ ਉਹ ਸੱਚ ਨੂੰ ਫਾਂਸੀ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਨਕਸਲੇਟ ਮੂਵਮੈਂਟ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਹਮਦਰਦੀਆਂ ਅਤੇ ਉਸ ਮੂਵਮੈਂਟ ਨੂੰ ਖੜ੍ਹੀ ਕਰਨ ਦੇ ਵਿੱਚ ਉਸ ਦੇ ਵਿੱਚ ਆਪਣੇ ਤਰ੍ਹਾਂ ਦੀ ਇੱਕ ਜਿਹੜੀ ਖੜਕੂਪੁਣਾ ਅਤੇ ਜਿਹੜੀ ਹੈਗੀ ਆ ਉਹਦੇ 'ਚ ਬਹੁਤ ਜਿਹਨੂੰ ਕਹੀਏ ਵਿਹਾਰਕ ਚਾਰਾਜੋਈ ਕਰਨ ਦੀ ਜਿਹੜੀ ਉਹਨਾਂ ਦੀ ਖਾਹਿਸ਼ ਹੈ ਉਹਨੂੰ ਉਹ ਕਰਦੇ ਨੇ। ਉਸ ਤੋਂ ਬਾਅਦ ਫਿਰ ਨਾਵਲ ਆ ਜਾਂਦਾ ਉਹਨਾਂ ਦਾ ਐਨ ਓ ਚੋਠੋ ਸੂਰਮਾ, ਚੀਜ਼ਾਂ ਬਦਲਣੀਆਂ ਸ਼ੁਰੂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਹੋਰ ਲੱਗਦੀ ਹੈ ਚਿਣਗ ਕਿ ਇੱਥੋਂ ਸਮਾਜ ਇੱਥੋਂ ਪੰਜਾਬ ਬਦਲ ਸਕਦਾ, ਇੱਥੋਂ ਚੀਜ਼ਾਂ ਰਸਤੇ ਬਦਲ ਸਕਦੇ ਨੇ, ਇਨਕਲਾਬ ਇੱਥੋਂ ਨਿਕਲ ਸਕਦਾ। ਉਹ ਕਰਦੇ ਕਰਦੇ ਜੋ ਵੀ ਉਹਨਾਂ ਨੇ ਰਸਤੇ ਅਖਤਿਆਰ ਕੀਤੇ ਇੱਕ ਹੈਲਨ ਹੋਰ ਤੱਕ ਮੈਨੂੰ ਉਹਦੇ 'ਚ ਵੀ ਐਂ ਲੱਗਦਾ ਕਿ ਕਮਲ ਹੋਰੀ ਪ੍ਰਵਾਸ ਨੂੰ ਵੀ ਇੱਕ ਪੱਧਰ ਦੇ ਉੱਪਰ ਗਲੋਰੀਫਾਈ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਪ੍ਰਵਾਸ ਵੀ ਪੰਜਾਬੀਆਂ ਦੀ ਇੱਕ ਚੋਣ ਹੈ ਅਤੇ ਇਹਦੇ ਵਿੱਚ ਵੀ ਪੰਜਾਬੀ ਜਿੱਥੇ ਵੀ ਜਾਣਗੇ ਉੱਥੇ ਇੱਕ ਗੌਰਵਸ਼ਾਲੀ ਜਿਹੜੀ ਆਪਣੀ ਪਛਾਣ ਹੈ ਉੱਥੇ ਸਥਾਪਿਤ ਕਰ ਲੈਣਗੇ। ਅਤੇ ਇਹ ਸਾਰੇ ਕੁਛ ਨੂੰ ਪੜ੍ਹਦਿਆਂ ਹੋਏ ਮੈਨੂੰ ਲੱਗਿਆ ਕਿ ਇਹਦੇ ਵਿੱਚ ਇੱਕ ਪੂਰੀ ਲੜੀ ਹੈ, ਇੱਕ ਸਾਰਤਾ ਹੈ। ਉਹ ਇੱਕ ਸਾਰਤਾ ਹੈਗੀ ਆ ਕਿ ਜਿੱਥੇ ਜਿੱਥੇ ਪੰਜਾਬ ਨੇ ਜਾਣਾ ਚਾਹਿਆ, ਉਹਨੂੰ ਕਈ ਨੌਜਵਾਨ ਕਹਿ ਦਿੰਦੇ ਨੇ ਕਿ ਨੌਜਵਾਨਾਂ ਨੇ ਪੰਜਾਬ ਦਿਆਂ ਨੇ ਜਿੱਥੇ ਜਿੱਥੇ ਜਾਣਾ ਚਾਹਿਆ, ਜਿਹੜੇ ਜਿਹੜੇ ਰਸਤੇ ਪੰਜਾਬ ਦੇ ਨੌਜਵਾਨਾਂ ਨੇ ਜਾਂ ਪੰਜਾਬ ਦੀ ਚੇਤਨਾ ਨੇ, ਉਹ ਚੇਤਨਾ ਉਚੇਰੇ ਪੱਧਰ ਦੀ ਸੀ ਕਿ ਨੀਵੇਂ ਪੱਧਰ ਦੀ ਸੀ, ਜਿਹੜੀ ਸਾਡੀ ਸਮੂਹਕ ਤੌਰ 'ਤੇ ਪੰਜਾਬ ਦੀ ਸਾਂਝੀ ਚੇਤਨਾ ਹੈ, ਉਸ ਨੇ ਜਿਹੜੇ ਰਸਤੇ ਅਖਤਿਆਰ ਕੀਤੇ ਕਮਲ ਹੋਰੀ ਉਹਦੇ ਨਾਲ ਨਾਲ ਰਹੇ ਕਿ ਜਿਹੜੀ ਚੇਤਨਾ ਹੈਗੀ ਉਹ ਚਾਹੁੰਦੀ ਹੈ ਪੰਜਾਬ ਨੂੰ ਕੁਛ ਬਣਾਉਣਾ। ਉਦੋਂ ਅਸੀਂ ਬਹੁਤ ਭਾਵੇਂ ਕ੍ਰਿਟੀਕਲ ਸੀ, ਹੁਣ ਜਦੋਂ ਅਸੀਂ ਵਿੱਥ ਤੋਂ ਇਤਿਹਾਸਕ ਤੌਰ 'ਤੇ ਦੇਖਦੇ ਹਾਂ ਤਾਂ ਜਿਹੜੀ ਮਿਲੀਟੈਂਟ ਮੂਵਮੈਂਟ ਹੈ ਸਾਰੀ ਉਸ ਦੇ ਆਪਣੇ ਦੁੱਖ ਅਤੇ ਉਸ ਦੀਆਂ ਆਪਣੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਲੱਗਦਾ ਕਿ ਉਹਦੇ ਵਿੱਚ ਵੀ ਇੱਕ ਤੜਫ ਸੀ ਕਿ ਚੀਜ਼ਾਂ ਨੂੰ ਅਸੀਂ ਬਦਲਣਾ ਚਾਹੁੰਦੇ, ਬੁਨਿਆਦੀ ਤੜਫ ਉਹੀ ਹੈ। ਤਾਂ ਉਹ ਸਾਰੇ ਕੁਛ ਦੇ ਵਿੱਚ ਕਮਲ ਦੀ ਜਿਹੜੀ ਉਹਨਾਂ ਦੇ ਨਾਲ ਕਮਲ ਫੋਲੋ ਕਰਦਾ ਪੰਜਾਬ ਨੂੰ। ਮੈਂ ਇੱਕ ਫਾਰਮੂਲੇਸ਼ਨ ਇਹ ਬਣਾਈ ਕਿ ਕਮਲ ਪੰਜਾਬ ਨੂੰ ਲੀਡ ਨਹੀਂ ਕਰਦੇ ਹੈਗੇ, ਉਹ ਪੰਜਾਬ ਦੀ ਚੇਤਨਾ ਦੇ ਨਾਲ ਨਾਲ ਚੱਲਦੇ ਨੇ, ਜਾਂ ਕਹੀਏ ਕਿ ਉਹਦੇ ਨਾਲ ਰਹਿੰਦੇ ਨੇ ਜਾਂ ਪਿੱਛੇ ਚੱਲਦੇ ਨੇ ਉਹਦੇ ਬਰਕਸ। ਮਤਲਬ ਜਿੱਧਰ ਪੰਜਾਬ ਜਾਊਗਾ, ਪੰਜਾਬ ਬਦਲਣ ਲਈ ਮਰਨਾ ਚਾਹੂਗਾ ਤਾਂ ਉਹ ਉਸ ਦੇ ਨਾਲ ਚੱਲਣਗੇ। ਤਾਂ ਇਹ ਇੱਕ ਸਾਂਝੀ ਲੜੀ ਸਾਨੂੰ ਲੱਭੀ। ਅਤੇ ਮੁੰਡਾ ਸਾਖ ਮੁਹੰਮਦ ਹੈ ਜਿਸ ਨੇ ਪਹਿਲਾਂ ਕੰਮ ਕੀਤਾ, ਮੈਂ ਉਹਨੂੰ ਆਪਣਾ ਜਿਹੜਾ ਹਾਈਪੋਥੀਸਿਸ ਅਸੀਂ ਐਵੇਂ ਬਿਲਡ ਕੀਤਾ ਕਿ ਅਸੀਂ ਇਹਦੇ ਵਿੱਚ ਇੱਕ ਸਾਰਤਾ ਨੂੰ ਲੱਭਣਾ। ਉਹ ਲੱਭਣ ਦੇ ਵਿੱਚ ਅਸੀਂ ਉਸ ਥੀਸਿਸ ਦੇ ਵਿੱਚ ਮੇਰੇ ਖਿਆਲ 'ਚ ਪਹਿਲਾ ਥੀਸਿਸ ਹੋਊਗਾ ਜਿਹਨੇ ਇਹ ਗੱਲ ਨੂੰ ਅਸੀਂ ਨਕਾਰਿਆ ਕਿ ਕਮਲ ਹੋਰਾਂ ਦੀ ਕੋਈ ਪੁਜੀਸ਼ਨ ਨਹੀਂ ਹੈਗੀ। ਅਸੀਂ ਕਿਹਾ ਕਮਲ ਉਹਨਾਂ ਦੀ ਪੂਰੀ ਕਲੀਅਰ ਕੱਟ ਪੁਜੀਸ਼ਨ ਹੈ। ਅਤੇ ਇਹਦੇ ਵਿੱਚੋਂ ਵੀ ਪੰਜਾਬ ਦੇ ਵਿੱਚੋਂ ਵੀ ਪੰਜਾਬ ਦੀ ਜਿਹੜੀ ਕਿਸਾਨੀ ਹੈ, ਕਿਸਾਨੀ ਦੀਆਂ ਚੋਣਾਂ ਕੀ ਨੇ, ਅਤੇ ਜੇ ਕਿਸਾਨੀ ਨੇ ਬਾਹਰ ਦਾ ਰੁੱਖ ਅਖਤਿਆਰ ਕੀਤਾ ਤਾਂ ਫਿਰ ਕਮਲ ਹੋਰੀ ਉਸ ਦੇ ਨਾਲ ਵੀ ਨੇ। ਤਾਂ ਇਸ ਦੇ ਨਾਲ ਨਾਲ ਜਿਹੜੇ ਜਿੱਥੇ ਵੀ ਉਹ ਰਹੇ ਉਹਦੇ ਨਾਲ ਇੱਕ ਚੀਜ਼ ਹੈਗੀ ਆ, ਨਾਲ ਵੀ ਰਹੇ ਅਤੇ ਥੋੜ੍ਹਾ ਜਿਹਾ ਕ੍ਰਿਟੀਕਲ ਰਹੇ। ਜਿੱਥੇ ਮੈਂ ਕਹਿੰਦਾ ਕਦੇ ਕਦੇ ਜਦੋਂ ਨਾਲ ਬਰਾਬਰ ਚੱਲਦੇ ਨੇ ਤਾਂ ਉਹਦੇ ਬਾਰੇ ਜਿਹੜਾ ਉਹਨਾਂ ਦਾ ਕ੍ਰਿਟਿਸਿਜ਼ਮ ਹੈ ਉਹ ਵੀ ਰਹਿੰਦਾ। ਹੁਣ ਜਦੋਂ ਕੁਛ ਲੋਕ ਉਹਨਾਂ ਨੂੰ ਕੁਝ ਹੋਰ ਲਿਖਤਾਂ ਦੇ ਹਵਾਲੇ ਨਾਲ ਕਲੇਮ ਕਰਦੇ ਨੇ, ਅਸੀਂ ਕਿਸੇ ਹੋਰ ਲਿਖਤਾਂ ਦੇ ਹਵਾਲੇ ਨਾਲ ਕਲੇਮ ਕਰਦੇ ਹਾਂ, ਉਹ ਭੁੱਲ ਜਾਂਦੇ ਨੇ ਕਿ ਉਹ ਉਹਨਾਂ ਬਾਰੇ ਕਿੰਨੇ ਆਲੋਚਨਾਤਮਕ ਵੀ ਰਹੇ ਨੇ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਅਤੇ ਆਪਣਾ ਅਕਸ ਉਹ ਦੇਖਣ ਉਹਦੇ ਵਿੱਚ ਕਿ ਕੀ ਉਹ ਉਹੀ ਲੋਕ ਤਾਂ ਨਹੀਂ ਹੈਗੇ ਜਿਨ੍ਹਾਂ ਬਾਰੇ, ਅਤੇ ਉਹ ਪ੍ਰਵਿਰਤੀਆਂ ਦੇ ਮਾਲਕ ਤਾਂ ਨਹੀਂ ਹੈਗੇ ਜਿਨ੍ਹਾਂ ਪ੍ਰਵਿਰਤੀਆਂ ਨੂੰ ਕਮਲ ਸਾਹਿਬ ਨੇ ਬਹੁਤ ਆਲੇ ਹੱਥੀ ਲਿਆ ਅਤੇ ਉਹਨਾਂ ਨੂੰ ਮਤਲਬ ਰੱਦਿਆ। ਮੈਨੂੰ ਲੱਗਦਾ ਕਿ ਉਹੀ ਜਨਤਾ ਹੈ ਕਿ ਉਸ ਸਾਰੇ ਦਾਇਰੇ ਦੇ ਵਿੱਚੋਂ ਜਿਸ ਨੂੰ ਅਸੀਂ ਇੱਕ ਰੱਸੇ ਸਾਰਾ ਕੁਝ ਬੰਨ ਦਿੰਦੇ ਹਾਂ, ਮਤਲਬ ਜਿਹੜਾ ਸਿੱਖ ਹੋਮਲੈਂਡ ਦਾ ਮਸਲਾ ਹੈਗਾ ਉਹਦੇ ਵਿੱਚ ਅੱਗੇ ਬਹੁਤ ਵੰਨ ਸੁਵੰਨਤਾਵਾਂ ਨੇ ਅਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਫੋਲਟ ਲਾਈਨਸ ਨੇ ਸਾਰੀਆਂ, ਉਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਬੰਦੇ ਕਈ ਵਾਰ ਉਸ ਦੇ ਵਿੱਚ ਐਵੇਂ ਕਲੇਮ ਕਰਦੇ ਨੇ ਕਿ ਜਿਵੇਂ ਸਾਡੀਆਂ ਕੋਈ ਕੰਟਰਡਿਕਸ਼ਨ ਹੀ ਹੈ ਨਹੀਂ ਗੀਆਂ। ਤਾਂ ਕਮਲ ਹੋਰਾਂ ਨੇ ਉਹਦੇ ਉੱਪਰ ਵੀ ਉਂਗਲੀ ਰੱਖੀ ਆ, ਤਾਂ ਇੱਕ ਵਿੱਥ ਵੀ ਰੱਖੀ ਆ।
ਹੁਣ ਜਦੋਂ ਅਖੀਰਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਨਾਲ ਗੱਲਾਂ ਕਰਦੇ ਹਾਂ ਤਾਂ ਉਹ ਉਹਨਾਂ ਨਾਲ ਨਹੀਂ ਸੀਗੇ। ਉਹ ਜ਼ਿੰਦਗੀ ਦੇ ਕਹੀਏ ਕਿ ਇੱਕ ਸਬਲਾਈਮ ਅਵਸਥਾ ਹੁੰਦੀ ਹੈ ਜਦੋਂ ਬੰਦਾ ਕੁਝ ਚੀਜ਼ਾਂ ਤੋਂ ਉੱਪਰ ਉੱਠ ਕੇ ਇੱਕ ਖਾਹਿਸ਼ ਕਰ ਰਿਹਾ ਹੁੰਦਾ ਕਿ ਪੰਜਾਬ ਜਿਹੜਾ ਹੈਗਾ ਉਹ ਬਰਬਾਦ ਹੋ ਰਿਹਾ, ਇਸ ਨੂੰ ਬਚਾਉਣਾ ਚਾਹੀਦਾ, ਇਸ ਨੂੰ ਬਿਹਤਰ ਦਿਸ਼ਾ ਵੱਲ ਤੋਰਨਾ ਚਾਹੀਦਾ। ਉਹਨਾਂ ਦੀਆਂ ਜਿਹੜੀਆਂ ਸੋਚਾਂ ਨੇ ਉਹਨਾਂ ਦੇ ਨਾਲ ਸਹਿਮਤ ਹੋ ਜਾਂ ਨਾ ਹੋ, ਉਸ ਭਾਵਨਾ ਨਾਲ ਤੁਸੀਂ ਅਸਹਿਮਤ ਕਦੇ ਵੀ ਨਹੀਂ ਹੋ ਸਕਦੇ ਕਿ ਪੰਜਾਬ ਨੂੰ ਉਹ ਬਿਹਤਰ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਸੀਗੇ। ਇਹ ਉਹਨਾਂ ਦੀ ਜਿਹੜੀ ਕਮਿਟਮੈਂਟ ਹੈ, ਇਸ ਤਰ੍ਹਾਂ ਕਰਦਿਆਂ ਹੋਇਆਂ ਕਰਦੇ ਕਰਦੇ ਮੈਨੂੰ ਯਾਦ ਆ ਕਿ ਕਈ ਵਾਰ ਮੇਰਾ ਇੱਥੋਂ ਤੱਕ ਵੀ ਜੀ ਕੀਤਾ, ਇੱਕ ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ, ਉਹ ਬੋਲ ਰਹੇ ਸੀ ਅਤੇ ਮੈਂ ਕਦੇ ਕਦੇ ਤਾਂ ਖਿੱਚ ਕੇ ਉਹਨਾਂ ਦੇ ਬੋਲ ਦੇ ਤੋਂ ਉੱਠ ਕੇ ਚਲੇ ਜਾਂਦਾ ਸੀ। ਅਤੇ ਇੱਕ ਵਾਰ ਉਹ ਬੋਲ ਰਹੇ ਸੀ ਅਤੇ ਮੈਂ ਸਟੇਜ ਕੰਡਕਟ ਕਰ ਰਿਹਾ ਸੀ, ਮੇਰਾ ਜੀ ਕੀਤਾ ਮੈਂ ਮਾਈਕ ਪਾਸੇ ਕਰਦਾ, ਕਿਉਂਕਿ ਕੁਛ ਚੀਜ਼ਾਂ ਦੇ ਨਾਲ ਜਿਹੜੀਆਂ ਖਾਸ ਜਿਵੇਂ ਪੰਜਾਬ ਨੂੰ ਜਿਵੇਂ ਉਹ ਦੇਖਦੇ ਨੇ ਉਹਨਾਂ ਚੀਜ਼ਾਂ ਨਾਲ, ਤੁਸੀਂ ਜਿਵੇਂ ਪ੍ਰਵਾਸੀਆਂ ਦੇ ਬਾਰੇ ਜੋ ਕੁਛ ਉਹਨਾਂ ਨੇ ਕਿਹਾ ਉਹ ਮੈਨੂੰ ਕਦੇ ਵੀ ਪ੍ਰਵਾਨ ਕਰਨ ਯੋਗ ਨਹੀਂ ਲੱਗਿਆ। ਇਸ ਬਾਰੇ ਬਹੁਤ ਲੰਬੀ ਚੌੜੀ ਗੱਲ ਹੋ ਸਕਦੀ ਹੈ ਅਤੇ ਇਹਦੇ ਮੈਂ ਕਿਹਾ ਮੌਕਾ ਨਹੀਂ ਹੈ ਗੱਲ ਕਰਨ ਦਾ ਇਸ ਸਮੇਂ। ਅਤੇ ਜਿਹੜੀ ਚੀਜ਼ ਮੈਨੂੰ ਆਖਰੀ ਗੱਲ ਮੈਂ ਕਰਨੀ ਹੈ ਆਪਣੀ, ਅਸੀਂ ਸਵੇਰੇ ਗੱਲ ਕਰ ਰਹੇ ਸੀ ਕਿ ਅਸੀਂ ਜਦੋਂ ਕਿਸੇ ਬੰਦੇ ਨਾਲ ਅਸਹਿਮਤ ਹੁੰਦੇ ਹਾਂ ਅਸੀਂ ਉਹਨੂੰ ਛੱਡ ਦਿੰਦੇ, ਉਸ ਦੇ ਰਸਤੇ ਤੋਂ ਪਾਸੇ ਹੋ ਜਾਂਦੇ ਹਾਂ ਅਤੇ ਉਹਦੇ ਨਾਲ ਡਾਇਲਾਗ ਬੰਦ ਕਰ ਦਿੰਦੇ। ਮੈਨੂੰ ਲੱਗਦਾ ਇਹ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਪਾਠਕਾਂ ਨੇ, ਖਾਸ ਕਰਕੇ ਪ੍ਰਗਤੀਸ਼ੀਲ ਲਹਿਰ ਨਾਲ ਜੁੜੇ ਹੋਏ ਲੋਕਾਂ ਨੇ ਇਹ ਅਪਰਾਧ ਕੀਤਾ ਹੈ ਕਿ ਤੁਸੀਂ, ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਸੰਵਾਦ ਛੇੜ ਕੇ ਰੱਖਦੇ ਹੋ ਤਾਂ ਉਸ ਸੰਵਾਦ ਦੇ ਨਾਲ ਜਿਹਨੂੰ ਵਕਤ ਇਹਨਾਂ ਨੇ ਡਾਇਲੋਜਿਕਸ ਦੀ ਗੱਲ ਕਰਦੇ ਨੇ ਕਿ ਵੈਸੇ ਹਰ ਬੰਦੇ ਦਾ ਬੋਲ ਇਕੱਲਾ ਉਹਦਾ ਬੋਲ ਹੁੰਦਾ ਨਹੀਂ ਗਾ, ਉਹਦੇ 'ਚ ਕਈ ਹੋਰ ਨਾਲ ਬੋਲ ਸ਼ਾਮਿਲ ਹੁੰਦੇ ਨੇ। ਅਤੇ ਜੇ ਤੁਸੀਂ ਸੰਵਾਦ ਦੇ ਵਿੱਚ ਰਹਿੰਦੇ ਹੋ ਤਾਂ ਇਹ ਪੱਕੀ ਗੱਲ ਹੈ ਕਿ ਤੁਸੀਂ ਆਪਣੀ ਪੂਰੀ ਤਾਕਤ ਨਾਲ ਉਸਦੇ ਬੋਲ ਦੇ ਵਿੱਚ ਵੀ ਸ਼ਾਮਿਲ ਰਹੋਗੇ। ਇਹ ਅਸੀਂ ਚੀਜ਼ ਗਵਾਈ ਹੈ ਅਤੇ ਮੈਂ ਜੇ ਇਹ ਗੱਲ ਕੋਈ ਸਿੱਖੀ ਹੈ ਇਹਦੇ ਵਿੱਚੋਂ ਕਿ ਆਪਣੇ ਆਲੇ ਦੁਆਲੇ ਮੈਂ ਇਸ ਗੱਲ ਨੂੰ ਫਿਰ ਕੋਸ਼ਿਸ਼ ਕੀਤੀ ਕਿ ਜਿਹਨਾਂ ਨਾਲ ਫਿਰ ਕਿਸੇ ਵਿਚਾਰਧਾਰਕ ਤੌਰ 'ਤੇ ਇੱਕ ਟਕਰਾਓ ਸ਼ੁਰੂ ਹੋ ਜਾਂਦਾ, ਇੱਕ ਵਖਰੇਵਾਂ ਸ਼ੁਰੂ ਹੋ ਜਾਂਦਾ, ਮੈਂ ਸਭ ਤੋਂ ਪਹਿਲਾਂ ਇਹ ਧਾਰਨਾ ਵੀ ਇਹਨੂੰ ਛੱਡਣਾ ਨਹੀਂ ਬੰਦੇ, ਇਹਦੇ ਨਾਲ ਰਹਿਣਾ, ਇਹਦੇ ਨਾਲ ਡਾਇਲਾਗ 'ਚ ਰਹਿਣਾ, ਇਹਦੇ ਨਾਲ ਲੜਾਈ 'ਚ ਰਹਿਣਾ। ਅਤੇ ਮੈਂ ਦੇਖਿਆ ਕਿ ਜਦੋਂ ਤੁਸੀਂ ਕਿਸੇ ਬੰਦੇ ਨਾਲ ਇੱਕ ਸੰਵਾਦ ਅਤੇ ਇੱਕ ਲੜਾਈ 'ਚ ਹੁੰਦੇ ਹੋ ਉਹਨੂੰ ਤੁਸੀਂ ਕਹਿਰਾ ਨਹੀਂ ਰਹਿਣ ਦਿੰਦੇ ਹੈਗੇ। ਅਤੇ ਜੇ ਕੋਈ ਦਿਸ਼ਾਵਾਂ ਇੱਧਰ ਉੱਧਰ ਹੋਈਆਂ ਤਾਂ ਉਹਦੇ ਵਿੱਚ ਇੱਕ ਚੀਜ਼ ਰਹੀ ਹੈ ਕਿ ਅਸੀਂ ਉਹਨਾਂ ਨਾਲ ਸੰਵਾਦ ਛੱਡਿਆ। ਮੈਂ ਅਖੀਰਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਕੋਲ ਵਾਰ ਵਾਰ ਆਉਂਦਾ ਰਿਹਾ ਤਾਂ ਮੇਰਾ ਮਕਸਦ ਇੱਕ ਤਰ੍ਹਾਂ ਨਾਲ ਉਸ ਅਪਰਾਧ ਬੋਧ ਦੇ ਵਿੱਚੋਂ ਮੁਕਤ ਹੋਣ ਦਾ ਵੀ ਸੀ ਕਿ ਜਿਹੜਾ ਮੇਰੇ ਅੰਦਰ ਸੀਗਾ ਕਿ ਆਪਾਂ ਅਸੀਂ ਛੱਡ ਕਿਉਂ ਦਿੱਤਾ ਸੀ, ਕਮਲ ਨਾਲ ਰਿਸ਼ਤਾ ਕਿਉਂ ਤਿਆਗਤਾ। ਮੈਨੂੰ ਜੇ ਮੈਂ ਮੇਰੀ ਜਿਹੜੀ ਬੌਧਿਕਤਾ, ਜਿਹੜੀ ਮੇਰੀ ਇਮੋਸ਼ਨਲ ਭਾਵਕ ਐਨਰਜੀ ਆ, ਊਰਜਾ ਜਿਹੜੀ ਸਾਰੀ, ਜੇ ਮੈਂ ਉਸ ਦੇ ਸਰੋਤਾਂ ਨੂੰ ਉਹਨਾਂ ਨੂੰ ਦੀ ਮੈਪਿੰਗ ਕਰਨ ਲੱਗਾ, ਨਕਸ਼ਾ ਬਣਾਵਾਂ, ਤਾਂ ਮੈਂ ਦੇਖਦਾ ਕਿ ਜੇ ਮੇਰੇ ਵਿੱਚੋਂ ਕਵਲ ਨੂੰ ਕੱਢਤਾ ਜਾਵੇ ਤਾਂ ਮੈਂ ਜਿਹੋ ਜਿਹਾ ਹੈਗਾ ਜਿੱਥੇ ਮੈਂ ਪਹੁੰਚਿਆ, ਜਿੱਥੇ ਹਰਮੀਤ ਨੇ ਕਿਹਾ ਕਿ ਸਾਨੂੰ ਬਹੁਤ ਜ਼ਿਆਦਾ ਥ੍ਰੈਟ ਹੈ ਅਤੇ ਇਸ ਅਵਸਥਾ ਤੱਕ ਅਸੀਂ ਨਹੀਂ ਸੀ ਅੱਪੜਦੇ ਜੇ ਸਾਡੇ 'ਚੋਂ ਕਮਲ ਨੂੰ ਅਸੀਂ ਬਾਹਰ ਕੱਢ ਦਈਏ। ਅਤੇ ਜਿਹੜੀ ਇਹ ਥ੍ਰੈਟ ਹੈਗੀ ਆ, ਇਸ ਬਾਰੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਇੱਕ ਵਾਰ ਲਾਲ ਸਿੰਘ ਦਿਲ ਨੂੰ ਸਨਮਾਨ ਦਿੱਤਾ ਸੀ ਉੱਥੇ ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ, ਅਤੇ ਜਦੋਂ ਸਨਮਾਨ ਦਿੱਤਾ ਤਾਂ ਉਹ ਬੋਲਣ ਲੱਗੇ ਅਤੇ ਬੋਲਦੇ ਹੋਏ ਕਹਿੰਦੇ ਵੀ ਚੀਨ ਦੇ ਵਿੱਚ ਇੱਕ ਵਾਰ ਜਦੋਂ ਸਾਰਾ ਜਿਹੜਾ ਇਨਕਲਾਬ ਦਾ ਪੂਰਾ ਉਭਾਰ ਸੀ ਅਤੇ ਉਦੋਂ ਕੋਈ ਕਵੀ ਜਿਹੜਾ ਇਨਕਲਾਬੀ ਕਵਿਤਾ ਲਿਖਦਾ ਸੀ ਉਹਨੂੰ ਫੜ ਕੇ ਪੁਲਿਸ ਵਾਲਿਆਂ ਨੇ ਬੋਰੇ 'ਚ ਬੰਦ ਕਰਕੇ ਚੌਂਕ 'ਚ ਰੱਖਤਾ ਅਤੇ ਲੋਕਾਂ ਨੂੰ ਕਿਹਾ ਵੀ ਇਹਦੇ ਠੁੱਡੇ ਮਾਰ ਕੇ ਜਾਓ, ਅਤੇ ਲੋਕ ਉਹਦੇ 'ਚ ਉਸ ਬੋਰੇ ਦੇ ਉੱਪਰ ਠੁੱਡੇ ਮਾਰ ਕੇ ਜਾਂਦੇ ਰਹੇ ਉਸ ਬੰਦੇ ਨੂੰ, ਜਿਸ ਜਿਹੜਾ ਉਹਨਾਂ ਦਾ ਬਹੁਤ ਹੀ ਮਹਿਬੂਬ ਕਵੀ ਸੀ, ਉਹ ਪਤਾ ਹੀ ਨਹੀਂ ਹੈ ਵੀ ਕਿਹਨੂੰ ਮਾਰੀ ਜਾਂਦੇ ਹਾਂ ਅਸੀਂ। ਤਾਂ ਕਹਿੰਦੇ ਉਹ ਬੰਦਾ ਥੋੜ੍ਹੀ ਦੇਰ ਬਾਅਦ ਮਾਰੀ ਜਾਣਾ ਸੀ ਉਸਨੇ, ਉਹ ਮਰ ਗਿਆ, ਕਵੀ ਮਰ ਗਿਆ, ਕਵੀ ਸ਼ਹੀਦ ਹੋ ਗਿਆ। ਲਾਲ ਸਿੰਘ ਦਿਲ ਉਹਨੇ ਕਹਿੰਦੇ ਇਹ ਕਿਹੜਾ ਸਨਮਾਨ ਕਰੀ ਜਾਂਦੇ ਹੋ, ਮੇਰਾ ਸਨਮਾਨ ਤਾਂ ਉਹ ਸੀਗਾ ਕਵੀ ਦਾ। ਅਤੇ ਮੈਨੂੰ ਲੱਗਦਾ ਕਿ ਨੌਕਰੀਆਂ ਤੋਂ ਕੱਢਿਆ ਜਾਣਾ, ਭਾਵੇਂ ਕਿ ਇਹ ਨਹੀਂ ਕਿ ਮੈਂ ਇਸ ਨੂੰ ਕਹੂੰਗਾ ਕਿ ਹਾਂ ਅਸੀਂ ਮਰਨ ਨੂੰ ਫਿਰਦੇ ਹਾਂ, ਮਰਨ ਨੂੰ ਬਿਲਕੁਲ ਨਹੀਂ ਫਿਰਦੇ, ਜ਼ਿੰਦਗੀ ਬਹੁਤ ਪਿਆਰੀ ਹੈ। ਕਮਲ ਉਹਨਾਂ ਦੀ ਉਹ ਗੱਲ ਵੀ ਨਾਲ ਪੱਲੇ ਬੰਨੀ ਹੋਈ ਹੈ ਕਿ ਜ਼ਿੰਦਗੀ ਨੂੰ ਜਿਉਂ ਚੱਜ ਨਾਲ, ਇਸ ਤੋਂ ਵੱਡੀ ਚੀਜ਼ ਕੋਈ ਹੈ ਨਹੀਂ। ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਹੁੰਦਾ ਕਿ ਮੈਂ ਚਾਹੁੰਦਾ ਕਿ ਤੁਸੀਂ ਜਿਉਂਦੇ ਰਹੋ ਯਾਰ, ਬਾਕੀ ਸਾਰੀਆਂ ਗੱਲਾਂ, ਨੌਕਰੀਆਂ ਮਿਲਣੀਆਂ ਨਾ ਮਿਲਣੀਆਂ, ਨੰਬਰ ਆਉਣੇ ਫੇਲ ਹੋ ਜਾਣਾ, ਸਾਰੀਆਂ ਗੱਲਾਂ ਛੋਟੀਆਂ ਨੇ, ਜੇ ਜਿਉਂਦੇ ਰਹੋਗੇ ਤਾਂ ਕੁਛ ਕਰ ਸਕਦੇ ਹੋਵੋਗੇ। ਅਤੇ
ਆਪਣੇ ਆਪ ਹੀ ਜੇ ਤੁਸੀਂ ਨਹੀਂ ਕਰੋਗੇ ਹੋਰ ਕੌਣ ਕਰੂਗਾ ਫਿਰ ਜਦੋਂ ਤੁਹਾਡੇ ਕੋਲ ਸਾਰਾ ਕੁਛ ਤੁਹਾਡੇ ਕੋਲ ਉਪਲਬਧ ਹੈ ਇਸ ਤਰੀਕੇ ਨਾਲ ਮਤਲਬ ਜਿਉਣਾ ਬਹੁਤ ਹੀ ਸਭ ਤੋਂ ਮੁੱਲਵਾਨ ਚੀਜ਼ ਹੈ ਪਰ ਜੇ ਕਿਤੇ ਮਰਨ ਦਾ ਮੌਕਾ ਵੀ ਲੱਗਦਾ ਹੈ ਤਾਂ ਇਹ ਵੀ ਕੋਈ ਛੋਟੀ ਚੀਜ਼ ਨਹੀਂ ਹੈਗੀ ਅਤੇ ਇਹ ਸਾਨੂੰ ਇਹਨਾਂ ਲਿਖਤਾਂ ਨੇ ਇਸ ਯੋਗੇ ਕੀਤਾ ਹੈ ਬਹੁਤ ਧੰਨਵਾਦ